ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ। ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਤੰਬੂ ਸਾਹਿਬ। ਇਸ ਦੇ ਨਾਲ ਸਾਖੀ ਹੈ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ 20 ਰੁਪਈਆਂ ਦਾ ਸੱਚਾ ਸੌਦਾ ਕਰਕੇ ਆਏ ਤਾਂ ਉਸ ਤੋਂ ਬਾਅਦ ਮਹਾਰਾਜ ਜੀ ਆਪਣੇ ਘਰ ਵੱਲ ਨਹੀਂ ਗਏ ਤਾਂ ਮਹਾਰਾਜ ਜੀ ਨੇ ਇੱਥੇ ਹੀ ਚੂੜ ਚੱਕ ਪਿੰਡ ਹੈ ਉਸ ਦੇ ਬਾਹਰ ਬਾਹਰ ਹੀ ਇੱਕ ਬ੍ਰਿਖ ਲੱਗਾ ਹੋਇਆ ਹੈ ਜਿਸ ਦੇ ਹੇਠਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ 20 ਰੁਪਈਆਂ ਦਾ ਪ੍ਰਸ਼ਾਦਾ ਸੰਤ ਰੈਨ ਮੰਡਲੀ ਨੂੰ ਸੰਤਾਂ ਸਾਧੂਆਂ ਨੂੰ ਛਕਾ ਕਰਕੇ ਤਾਂ ਸਿੱਧੇ ਹੀ ਇਸ ਜਗ੍ਹਾ ਦੇ ਉੱਪਰ ਆਏ। ਇੱਥੇ ਹੀ ਇੱਕ ਬ੍ਰਿਖ ਹੈ ਜਿਸ ਦੇ ਹੇਠਾਂ ਮਹਾਰਾਜ ਜੀ ਬੈਠੇ ਅਤੇ ਆਪਣਾ ਭਗਤੀ ਕੀਤੀ। ਤਾਂ ਜਦੋਂ ਇਸ ਗੱਲ ਦਾ ਪਤਾ ਭਾਈ ਕਾਲੂ ਜੀ ਨੂੰ ਲੱਗਾ, ਇਹਨਾਂ ਦੇ ਪਿਤਾ ਜੀ ਨੂੰ ਲੱਗਾ, ਤਾਂ ਉਹ ਬਹੁਤ ਹੀ ਨਾਰਾਜ਼ ਹੋਏ ਅਤੇ ਘਰ ਤੋਂ ਆ ਕਰਕੇ ਇਸ ਜਗ੍ਹਾ 'ਤੇ ਮਹਾਰਾਜ ਜੀ ਨੂੰ ਝਿੜਕਾਂ ਮਾਰੀਆਂ ਅਤੇ ਆਪਣੇ ਨਾਲ ਘਰ ਨੂੰ ਲੈ ਗਏ। ਅਤੇ ਹੁਣ ਇਸ ਥਾਂ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਆਪ ਜੀ ਦਰਸ਼ਨ ਕਰਦੇ ਹੋ। ਇਹ ਹੁਣ ਪਾਕਿਸਤਾਨ ਦੇ ਵਿੱਚ ਹੈ ਅਤੇ ਡਿਸਟ੍ਰਿਕਟ ਨਨਕਾਣਾ ਸਾਹਿਬ ਲਾਹੌਰ ਦੇ ਵਿੱਚ ਹੈ। ਇਸ ਦੇ ਨਾਲ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਜਗ੍ਹਾ ਤੋਂ ਦੂਰ ਥੋੜ੍ਹੀ ਕੁ ਹੀ ਦੂਰ ਹੈ ਗੁਰਦੁਆਰਾ ਸ੍ਰੀ ਸੱਚਾ ਸੌਦਾ, ਜਿਸ ਜਗ੍ਹਾ ਤੋਂ ਸਿੱਖ ਜਗਤ ਦੇ ਵਿੱਚ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਅਤੇ 20 ਰੁਪਈਆਂ ਦਾ ਲੰਗਰ ਜੋ ਕਿ ਅੱਜ ਤੱਕ ਚੱਲ ਰਿਹਾ ਹੈ। ਸਿੱਖ ਸੰਗਤਾਂ ਛਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।